ਅੱਛਾ 2023 ਸ਼ੁਰੂ ਹੋ ਚੁੱਕਿਆ ਤੇ ਆਪਾਂ 1 ਲੱਖ ਦਾ ਕੋਈ ਸਮਾਨ ਖਰੀਦਣਾ ਪਰ ਆਪਾਂ ਸੋਚ ਲਿਆ ਕਿ ਯਾਰ ਆਪਾਂ ਅੱਜ ਨਹੀਂ 12 ਮਹੀਨਾ ਬਾਅਦ ਮਤਲਬ 2024 ਵਿੱਚ ਇਹ ਸਮਾਨ ਖਰੀਦਾਂਗੇ ਆਪਾਂ ਕੀਤਾ ਪੈਸੇ ਨੂੰ ਨੂੰ ਸੰਭਾਲ ਕੇ ਰੱਖਿਆ ਅਲਮਾਰੀ ਵਿੱਚ ਜਾਂ ਬੈਂਕ ਵਿੱਚ ਤੇ ਆਪਾਂ 1 ਸਾਲ ਬਾਅਦ ਉਹਨੂੰ ਕੱਢਿਆ ਹੁਣ 12 ਮਹੀਨਾ ਬਾਅਦ ਦੁਕਾਨ ਵਾਲੇ ਕੋਲ ਗਏ ਤੇ ਉਹ ਤੋਂ ਸਮਾਨ ਲਿਆ ਪਰ ਆਪਾਂ ਦੇਖਿਆ ਕਿ ਯਾਰ ਸਮਾਨ ਮੈਨੂੰ ਜਿਹੜਾ ਹੈਗਾ ਏ ਉਹ 1 ਲੱਖ ਦਾ ਨਹੀਂ ਬਲਕਿ 95000 ਦਾ ਹੀ ਮਿਲਿਆ ਆਪਾਂ ਦੁਕਾਨਦਾਰ ਨੂੰ ਪੁੱਛਿਆ ਵੀ ਕੀ ਗੱਲ ਤੂੰ ਮੈਨੂੰ ਸਮਾਨ 95000 ਦਾ ਕਿਉਂ ਦਿੱਤਾ ਮੇਰਾ 5000 ਕਿੱਧਰ ਗਿਆ ਦੁਕਾਨ ਵਾਲਾ ਕਹਿੰਦਾ ਤੇਰਾ 5000 ਤਾਂ ਕੋਈ ਖਾ ਗਿਆ ਆਪਾਂ ਨੂੰ ਪੁੱਛਿਆ ਕੌਣ ਉਹ ਕਹਿੰਦਾ ਮਹਿੰਗਾਈ ਦੇਖੋ ਆਪਾਂ ਆਪਣੇ ਬਜ਼ੁਰਗਾਂ ਨੂੰ ਅਕਸਰ ਹੀ ਕਹਿੰਦੇ ਸੁਣਿਆ ਕਿ ਯਾਰ ਸਾਡੇ ਵੇਲੇ ਤਾਂ ਇਹ ਚੀਜ਼ 2-4 ਪੈ ਦੀ ਆ ਜਾਂਦੀ ਸੀ ਕਿ ਜਿਹੜੀ ਅੱਜ ਇੰਨੀ ਮਹਿੰਗੀ ਹੋਈ ਪਈ ਆ ਹਨਾ ਅਸੀਂ ਤਾਂ ਕਹਿੰਦੇ ਵੀ ਉਹ ਮੁਠੀ ਵਿੱਚ ਸਮਾਰ ਪੈਸਾ ਲ ਜਾਂਦੇ ਸੀ ਤੇ ਝੋਲਾ ਭਰ ਕੇ ਸਮਾਨ ਲੈ ਹੁੰਦੇ ਸੀ ਤਾਂ ਇਹ ਕੀ ਚੀਜ਼ ਹੁੰਦੀ ਆ ਜਿਹੜੀ ਇਹ ਚ ਰਾਤੋ-ਰਾਤ ਤਾਂ ਨਹੀਂ ਹੋ ਗਈ ਇਹ ਹੌਲੀ-ਹੌਲੀ ਜਿਹੜੀਆਂ ਚੀਜ਼ਾਂ ਦੀਆਂ ਕੀਮਤਾਂ ਵਧੀਆਂ ਇਹ ਹੁੰਦੀ ਆ ਇਨਫਲੇਸ਼ਨ ਇਫੈਕਟ ਮਤਲਬ ਮਹਿੰਗਾਈ ਦਾ ਵਧਣਾ ਅੱਜ ਦੀ ਡੇਟ ਵਿੱਚ ਭਾਰਤ ਦੀ ਜਿਹੜੀ ਮਹਿੰਗਾਈ ਵੱਧ ਰਹੀ ਹੈ 인ਫਲੇਸ਼ਨ ਰੇਟ ਆ ਉਹ ਲਗਭਗ 5 ਤੋਂ 6% ਆ ਹੁਣ 인ਫਲੇਸ਼ਨ ਆ ਜਿਹੜੀ ਇਹਨੇ ਤਾਂ ਵਧੀ ਜਾਣਾ ਹੈ ਆਪਾਂ ਇਹ ਦੇਖਣਾ ਕੀ ਆਪਣਾ ਪੈਸਾ ਵੀ ਉਸੇ ਹਿਸਾਬ ਨਾਲ ਵੱਧ ਰਿਹਾ ਹੈ ਕੀ ਆਪਾਂ ਮਹਿੰਗਾਈ ਨੂੰ ਬੀਟ ਕਰ ਰਹੇ ਆ ਜਾਂ ਘਟੋ-ਘਟ ਮਹਿੰਗਾਈ ਦੇ ਨਾਲ-ਨਾਲ ਚੱਲ ਰਹੇ ਆ ਕਿਉਂਕਿ ਇਸ ਚੀਜ਼ ਨੇ ਤਾਂ ਵਧਣਾ ਵਧਣਾ ਹੈ ਇਹਨੂੰ ਕੋਈ ਰੋਕ ਨਹੀਂ ਸਕਦਾ ਤਾਂ ਮਹਿੰਗਾਈ ਦੇ ਨਾਲ ਚੱਲਣ ਜਾਂ ਮਹਿੰਗਾਈ ਨੂੰ ਬੀਟ ਕਰਨ ਦੇ ਜਿਹੜਾ ਇੱਕ ਆਪਸ਼ਨ ਹੈ ਉਹ ਹੈ ਇਨਵੈਸਟਮੈਂਟ ਇਨਵੈਸਟਮੈਂਟ ਕਰਨ ਦੇ ਵਿੱਚ ਦੋ ਚਾਰ ਚੀਜ਼ਾਂ ਹੁੰਦੀਆਂ ਨੇ ਪਹਿਲੀ ਚੀਜ਼ ਤਾਂ ਜਿਹੜੀ ਲੋਕ ਕਰਦੇ ਨੇ ਆਪਣੇ ਪੈਸੇ ਨੂੰ ਸੇਵਿੰਗ ਅਕਾਊਂਟ ਵਿੱਚ ਰੱਖਦੇ ਨੇ ਜਿਹਦੇ ਵਿੱਚ ਲਗਭਗ 2 ਤੋਂ 2.5% ਸ਼ਾਇਦ ਸਾਲਾਨਾ ਮਿਲਦਾ ਹੈ ਪਰ ਜੇ ਦੇਖ ਗਏ ਮਹਿੰਗਾਈ ਆਪਣੀ 5 ਤੋਂ 6% ਵਧਦੀ ਆ ਤਾਂ ਫੇਰ ਵੀ ਆਪਾਂ 2 ਤੋਂ 2.5% ਦੇ ਘਾਟੇ ਵਿੱਚ ਚੱਲ ਰਹੇ ਆ ਦੂਸਰੀ ਚੀਜ਼ ਆ ਜਾਂਦੀ ਹੈ ਐਫ ਡੀ ਹੁਣ ਐਫ ਡੀ ਦੇ ਵਿੱਚ ਅੱਜ ਦੀ ਡੇਟ ਵਿੱਚ ਲਗਭਗ 5 ਤੋਂ 6% ਜਿਹੜੀ ਹੈਗੀ ਰਿਟਰਨ ਮਿਲ ਰਹੀ ਆ ਤੇ ਜੇ ਇਸ ਹਿਸਾਬ ਨਾਲ ਵੀ ਦੇਖੀਏ ਤਾਂ ਆਪਾਂ 인ਫਲੇਸ਼ਨ ਨੂੰ ਅਜੇ ਵੀ ਬੀਟ ਨਹੀਂ ਕਰ ਰਹੇ ਬਸ ਬ੍ਰੇਕ ਇਵਨ ਤੇ ਹੈਗੇ ਆ ਮਤਲਬ ਆਪਣਾ ਪੈਸਾ ਮਹਿੰਗਾਈ ਦੇ ਨਾਲ ਨਾਲ ਵਧ ਰਿਹਾ ਉਸ ਤੋਂ ਨੂੰ ਪਛਾੜ ਨਹੀਂ ਰਿਹਾ ਤੇ ਜੇ ਮਹਿੰਗਾਈ ਨੂੰ ਬੀਟ ਕਰਨਾ ਹੈ ਤਦ ਲਈ ਇੱਕ ਜਿਹੜਾ ਦੋ ਚਾਰ ਚੀਜ਼ਾਂ ਹੈਆਂ ਜਿਹੜੀਆਂ ਵਧੀਆ ਰਿਟਰਨ ਦੇ ਰਹੀਆਂ ਇੱਕ ਹੈ ਮਿਊਚੁਅਲ ਫੰਡ ਸਟਾਕ ਮਾਰਕੀਟ 골ਡ ਜਾਂ ਰੀਅਲ ਸਟੇਟ ਸਟਾਕ ਮਾਰਕੀਟ ਵਿੱਚ ਆਪਾਂ ਕਿਸੇ ਕੰਪਨੀ ਦੀ ਹਿੱਸੇਦਾਰੀ ਲੈਣੇ ਉਹਦੇ ਵਿੱਚ ਇਨਵੈਸਟ ਕਰਕੇ ਮਿਊਚੁਅਲ ਫੰਡ ਕਈ ਕੰਪਨੀਆਂ ਦਾ ਪੋਰਟਫੋਲੀਓ ਆਪਾਂ ਨੂੰ ਬਣਾ ਬਣਾ ਮਿਲ ਜਾਂਦਾ ਜਿਹਨੂੰ ਕੋਈ ਐਕਸਪਰਟ ਮੈਨੇਜ ਕਰਦਾ 골ਡ ਸਦੀਆਂ ਤੋਂ ਪੁਰਾਣੀ ਚੱਲਦੀ ਆ ਰਹੀ ਇਨਵੈਸਟਮੈਂਟ ਆ ਤੇ ਰੀਅਲ ਸਟੇਟ ਵੀ ਇਦਾਂ ਹੀ ਆ ਪਰ ਰੀਅਲ ਸਟੇਟ ਵਿੱਚ ਇਨਵੈਸਟ ਕਰਨ ਲਈ ਤੁਹਾਨੂੰ ਬਹੁਤ ਸਾਰਾ ਤੁਹਾਡੇ ਕੋਲ ਕੈਪੀਟਲ ਹੋਣਾ ਚਾਹੀਦਾ ਹੈ ਤਾਂ ਇਹ ਚੀਜ਼ਾਂ ਨੇ ਦੋਸਤੋ ਜਿਹੜੀਆਂ ਤੁ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਪੈਸਾ ਮਹਿੰਗਾਈ ਦੇ ਨਾਲ ਜਾਂ ਮਹਿੰਗਾਈ ਤੋਂ ਵੱਧ ਗਰੋਅ ਕਰੇ ਇਹਨਾਂ ਚੀਜ਼ਾਂ ਵਿੱਚ ਤੁਹਾਨੂੰ ਇਨਵੈਸਟ ਕਰਨਾ ਪੈਣਾ ਹੈ ਪਰ ਇਹਨਾਂ ਚੀਜ਼ਾਂ ਦੇ ਹਰੇਕ ਵਿੱਚ ਦੇ ਆਪੋ ਆਪਣੇ ਰਿਸਕ ਨੇ ਤੁਹਾਡੇ ਰਿਸਕ ਐਪੀਟਾਈਟ ਦੇ ਹਿਸਾਬ ਨਾਲ ਤੁਸੀਂ ਇਨਵੈਸਟ ਕਰਨਾ ਹੈ ਕਿਉਂਕਿ ਅੱਜ ਕੱਲ ਮਾਰਕੀਟ ਦੇ ਵਿੱਚ ਨਾ ਇਹੋ ਜਿਹੇ ਬਹੁਤ ਪੌਂਜੀ ਸਕੀਮ ਚੱਲ ਰਹੀਆਂ ਨੇ ਜਾਂ ਇਹੋ ਜਿਹੇ ਪਲਾਨ ਚੱਲ ਰਹੇ ਨੇ ਕਿ ਭਾਈ ਤੁਸੀਂ ਆਉ ਨਾਲ ਦੋ ਦੋਸਤਾਂ ਨੂੰ ਹੋਰ ਲੈ ਕੇ ਆਓ ਤੁਹਾਨੂੰ ਇੰਨੇ ਪੈਸੇ ਬਣਨਗੇ ਤੂੰ ਇਨਵੈਸਟ ਕਰਕੇ ਛੱਡ ਦੇ ਕਰਨਾ ਕੁਛ ਨਹੀਂ ਤੂੰ ਇੰਨੇ ਪੈਸੇ ਆ ਹੀ ਜਾਣਗੇ ਇਹ ਚੀਜ਼ਾਂ ਮੈਂ ਕਰਕੇ ਹੰਡਾ ਕੇ ਇਹਨਾਂ ਵਿੱਚੋਂ ਘਾਟੇ ਖਾ ਕੇ ਫੇਰ ਤੁਹਾਨੂੰ ਦੱਸਣ ਜਾ ਰਿਹਾ ਹਾਂ ਤਾਂ ਇਸ ਲਈ ਇੱਕ ਚੰਗੇ ਐਸਟ ਕਲਾਸ ਵਿੱਚ ਆਪਣਾ ਪੈਸਾ ਇਨਵੈਸਟ ਕਰੋ